ਨੂੰ ਪਤਾ ਹੀ ਆ ਸਾਰੇ ਸ਼ਾਇਰੀ ਤੁਹਾਡੇ ਲਈ ਬਹੁਤ ਵੇਟ ਕਰਦੇ ਆ ਕਿ ਮਾਹੀ ਦੀ ਸ਼ਾਇਰੀ ਆਊਗੀ। ਸੋ ਇਹ ਉਹ ਸ਼ਾਇਰੀਆਂ ਤੋਂ ਬਾਅਦ ਮਾਹੀ ਦੇ ਦਿਮਾਗ 'ਚ ਆਇਆ ਕਿ ਮੈਂ ਮਹਿਫਿਲ ਲਾ ਕੇ ਇੰਟਰਵਿਊ ਵੀ ਕਰਾਂ ਤੇ ਸਾਰਿਆਂ ਨੂੰ ਆਪਣੀ ਸ਼ਾਇਰੀ ਸੁਣਾਵਾਂ, ਜਾਂ ਕਿਵੇਂ ਦਿਮਾਗ 'ਚ ਆਈ ਚੀਜ਼ਾਂ? ਨਹੀਂ ਤੁਸੀਂ ਬੋਲੋ ਪਹਿਲਾਂ। ਨਹੀਂ ਤੁਸੀਂ ਦੱਸਣਾ ਹੈ ਕਨਸੈਪਟ ਤੁਹਾਡਾ ਸੀ। ਅੱਛਾ, ਐਕਚੁਅਲੀ ਇਹ ਇਦਾਂ ਸਟਾਰਟ ਹੋਇਆ ਕਿ ਮੈਂ ਸ਼ੁਰੂ ਤੋਂ ਹੀ, ਸਾਰਿਆਂ ਨੂੰ ਪਤਾ ਹੋਣਾ ਕਿ ਮੈਂ ਹਮੇਸ਼ਾ ਹੀ ਪੁਰਾਣੇ ਕਲਾਕਾਰਾਂ ਨੂੰ ਸੁਣਦੀ ਹਾਂ ਅਤੇ ਮੈਨੂੰ ਵਧੀਆ ਲੱਗਦੇ ਆ ਸੈਡ ਸੌਂਗ ਸੁਣਨੇ, ਭਾਵੇਂ ਮੈਂ ਖੁਸ਼ ਵੀ ਹਾਂ ਤਾਂ ਮੈਂ ਸੈਡ ਸੌਂਗ ਹੀ ਸੁਣਦੀ ਹਾਂ। ਇੱਦਾਂ ਦੀ ਕੋਈ ਚੱਕਰ ਨਹੀਂ ਵੀ ਦਿਲ ਦਿਲ ਟੁੱਟਿਆ ਹੋਇਆ। ਅਤੇ ਇੱਦਾਂ ਇੱਕ ਸੀਗਾ ਕਿ ਯਾਰ ਮੈਂ ਉਹਨਾਂ ਸਾਰਿਆਂ ਨੂੰ ਇੱਕ ਵਾਰ ਮਿਲਣਾ ਅਤੇ ਮੈਂ ਪੁੱਛਣਾ ਵੀ ਉਹਨਾਂ ਦੇ ਸਮੇਂ 'ਚ ਅਤੇ ਅੱਜ ਦੇ ਸਮੇਂ 'ਚ ਕੀ ਬਦਲਾਵ ਹੈ। ਅਤੇ ਵੈਸੇ ਤੁਸੀਂ ਵੀ ਇੰਟਰਵਿਊ ਕਰਦੇ ਹੋ, ਤੁਸੀਂ ਕਦੇ ਨਹੀਂ ਪੁਰਾਣੇ ਕਿਸੇ ਕਲਾਕਾਰ ਦਾ ਇੰਟਰਵਿਊ ਕੀਤਾ? ਇੱਦਾਂ ਨਹੀਂ ਕੀਤਾ, ਉਦਾਂ ਕੀਤਾ ਜਿਹੜਾ ਟ੍ਰੈਂਡਿੰਗ 'ਚ ਆ ਗਿਆ, ਬੁਲਾ ਕੇ ਨਹੀਂ ਕੀਤਾ। ਹਾਂ, ਇੱਦਾਂ ਤਾਂ ਨਹੀਂ ਕੀਤਾ ਵੀ ਯਾਰ ਉਹਨਾਂ ਦੇ ਗਾਣੇ ਬਹੁਤ ਸੋਹਣੇ ਸੀ ਤਾਂ ਉਹਨਾਂ ਨੂੰ ਬੁਲਾਇਆ ਜਾਏ, ਇੱਦਾਂ ਨਹੀਂ ਕੀਤਾ ਨਾ। ਅਤੇ ਮੈਨੂੰ ਇੱਦਾਂ ਸੀ ਕਿ ਤੁਸੀਂ ਸਾਰੇ ਤਾਂ ਚਲੋ ਬੈਠੇ ਹੋ ਫਿਰ ਅੱਜ ਦੇ ਦੌਰ ਦੇ ਕਰਨ ਵਾਲੇ, ਅਤੇ ਮੈਂ ਕਿਹਾ ਇੱਦਾਂ ਦਾ ਮੈਂ ਕੁਛ ਕਰਾਂ, ਅਤੇ ਨਹੀਂ ਤਾਂ ਮੈਨੂੰ ਕੀ ਲੋੜ ਹੈ ਨਾ ਐਂਕਰ ਬਣਨ ਦੀ ਜਾਂ ਉੱਦਾਂ ਵੀ ਨੋਰਮਲ ਅੱਜ ਦੇ ਕਲਾਕਾਰਾਂ ਦੀ ਇੰਟਰਵਿਊ ਕਰਨ ਦੀ ਮੈਨੂੰ ਕੀ ਜ਼ਰੂਰਤ ਹੈ? ਤੁਸੀਂ ਹੈਗੇ ਹੋ, ਵਧੀਆ ਜੋਬ ਕਰਦੇ ਹੋ, ਅਤੇ ਬਸ ਮੇਰਾ ਇਹੀ ਮੋਟਿਵ ਸੀ ਕਿ ਮੈਂ ਉਹਨਾਂ ਨਾਲ ਬੈਠ ਕੇ ਇੱਕ ਵਾਰ ਦੇਖਾਂ ਵੀ ਉਹ ਕਿਵੇਂ ਦੇ ਨੇ ਜਾਂ ਅੱਜ ਕੀ ਕਰਦੇ ਆ, ਅੱਜ ਕੀ ਸੋਚਦੇ ਆ, ਪਹਿਲਾਂ ਕੀ ਕਰਦੇ ਸੀ, ਕਿੱਦਾਂ ਸਿੱਖਿਆ, ਰਹਿੰਦੇ ਕਿਵੇਂ ਨੇ। ਬਸ ਇੰਨੇ ਕੁ ਜਿੰਨੇ ਸ਼ੌਂਕ ਨੇ ਅਸੀਂ ਮਨ ਦੀ ਮਹਿਫਲ ਲਾ ਲਈ। ਨਹੀਂ 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 ਕੋਈ ਚੱਕਰ ਨਹੀਂ, ਤੁਹਾਨੂੰ ਕੋਈ ਖਤਰਾ ਨਹੀਂ। ਮੈਂ ਸੱਚੀ ਦੱਸਾਂ, ਮੈਂ ਇੰਟਰਵਿਊ ਕਰਨ ਤੋਂ ਬਾਅਦ ਹੀ ਮੈਨੂੰ ਪਤਾ ਲੱਗਿਆ ਕਿ ਤੁਹਾਡੀ ਜੋਬ ਜ਼ਿਆਦਾ ਔਖੀ ਹੈ। ਮੈਂ ਸੱਚੀ ਤੁਹਾਨੂੰ ਸੈਲਿਊਟ ਕਰਦੀ ਹਾਂ, ਬਹੁਤ ਹਿੰਮਤ ਵਾਲੀ ਜੋਬ ਹੈ। ਅਤੇ ਜਦੋਂ ਇੱਕ ਆਰਟਿਸਟ ਇੱਧਰ ਵਾਲੀ ਕੁਰਸੀ 'ਤੇ ਬੈਠਾ ਹੁੰਦਾ ਅਤੇ ਇੱਕ ਜਿਹੜਾ ਐਂਕਰ ਉੱਧਰ ਵਾਲੀ ਕੁਰਸੀ 'ਤੇ ਬੈਠਾ ਹੁੰਦਾ, ਮੈਂ ਤਾਂ ਇੱਦਾਂ ਹੀ ਬੋਲਣਾ। ਮੈਂ ਪਹਿਲਾਂ ਵੀ ਦੱਸਿਆ ਸੀ ਕਿ ਮੈਂ ਬਹੁਤ ਰਿਲੈਕਸ ਹੋ ਕੇ ਬੈਠਣਾ ਕਿਉਂਕਿ ਮੈਂ ਤਾਂ ਜਵਾਬ ਹੀ ਦੇਣੇ ਨੇ, ਅਤੇ ਜਿਹਨੇ ਪੁੱਛਣਾ ਉਹਨੇ ਇਹ ਸੋਚ ਕੇ ਪੁੱਛਣਾ ਕਿ ਯਾਰ ਮੇਰੀ ਕੀ ਹੱਦ ਹੋਣੀ ਚਾਹੀਦੀ ਹੈ, ਸਾਹਮਣੇ ਵਾਲਾ ਬੰਦਾ ਕਿੰਨਾ ਸੀਨੀਅਰ ਹੈ, ਇਹ ਕਿੱਥੇ ਗੱਲ ਖਤਮ ਕਰੂਗਾ, ਅਗਲਾ ਸਵਾਲ ਮੇਰਾ ਕੀ ਹੈ। ਮੈਂ ਜ਼ਿਆਦਾ ਪੇਪਰ ਵੱਲ ਵੀ ਨਹੀਂ ਦੇਖਣਾ ਤਾਂ ਕਿ ਆਈ ਕੰਟੈਕਟ ਨਾ ਟੁੱਟੇ, ਅਗਲੇ ਨੂੰ ਇਹ ਨਾ ਲੱਗੇ ਕਿ ਇਹ ਮੇਰੀ ਗੱਲ 'ਚ ਇੰਟਰਸਟਿਡ ਨਹੀਂ ਹੈਗਾ, ਥੱਲੇ ਦੇਖੀ ਜਾਂਦਾ, ਬਹੁਤ ਕੁਛ ਚੀਜ਼ਾਂ ਹੈ ਨਾ। ਅਤੇ ਇਹ ਸਾਰਾ ਕੁਛ ਮੈਨੂੰ ਪਤਾ ਲੱਗਿਆ ਕਿ ਤੁਸੀਂ ਵਾਕਈ ਬਹੁਤ ਮਿਹਨਤ ਕਰਦੇ ਹੋ। ਨਹੀਂ ਬਿਲਕੁਲ, ਨਹੀਂ ਨਹੀਂ ਬਿਲਕੁਲ, ਤੁਸੀਂ ਵਾਕਈ ਬਹੁਤ ਮਿਹਨਤ ਕਰ। ਸੋ ਹਿਤੇਸ਼ ਭਾਈ, ਤੁਸੀਂ ਹੈ ਨਾ ਪਹਿਲਾਂ ਦਾ ਐਚਐਲ ਵੀ ਇੰਨਾ ਬੜਾ ਤੁਸੀਂ ਉਹ ਕੀਤਾ ਹੋਇਆ ਹੈ ਨਾ, ਸਾਰੇ ਬਹੁਤ ਐਪਰੀਸ਼ੀਏਟ ਕਰਦੇ ਆ ਇਸ ਚੀਜ਼ ਨੂੰ ਵੀ ਤੁਸੀਂ ਪੰਜਾਬ ਲਈ ਵੀ ਫਿਲਮ ਸਿਟੀ ਲੈ ਕੇ ਆਏ ਹੋ, ਅਤੇ ਹੁਣ ਇੱਕ ਸ਼ੋਅ ਜਿਹੜਾ ਜ਼ਰੀਆ ਬਣੂਗਾ ਪੁਰਾਣੇ ਲੋਕਾਂ ਦੀ ਆਵਾਜ਼ ਬਣੂਗਾ, ਇਹ ਫਿਰ ਕਿਵੇਂ ਕੋਆਰਡੀਨੇਟ ਤੁਸੀਂ ਦੋਨਾਂ ਨੇ ਕੀਤਾ ਕਿ ਐਚਐਲ ਦੇ ਲਈ ਇਹ ਸ਼ੋਅ ਲਿਆਂਦਾ ਜਾਵੇ? ਅਸੀਂ ਆਲਰੇਡੀ ਪਲਾਨ ਕੀਤਾ ਹੋਇਆ ਸੀ ਸ਼ੋਅ ਮਾਈ ਮੈਮ ਨਾਲ ਹੀ, ਅਤੇ ਕੁਦਰਤ ਦੀ ਗੱਲ ਇਹਨਾਂ ਨੇ ਪਹਿਲਾਂ ਕਰ ਲਈ ਤੇ ਸਾਡੀ ਪੀਪੀਟੀਜ਼ ਵਗੈਰਾ ਰੈਡੀ ਸੀ, ਅੱਧੇ ਘੰਟੇ 'ਚ ਇਹਨਾਂ ਨੂੰ ਪੀਪੀਟੀਜ਼ ਭੇਜ ਦਿੱਤੀਆਂ। ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਆਪਾਂ ਨਾ ਇੱਦਾਂ ਕੁਛ ਕਰ ਸਕਦੇ ਹਾਂ, ਕਹਿੰਦੇ 2 ਮਿੰਟ ਦਿਓ ਮੈਂ ਤੁਹਾਨੂੰ ਕੁਛ ਭੇਜਦਾ। ਇਹਨਾਂ ਨੇ ਭੇਜਿਆ, ਸਾਰਾ ਕੁਛ ਹੀ ਪਹਿਲਾਂ ਬਣਿਆ ਪਿਆ ਸੀ, ਬਸ ਕਨਸੈਪਟ ਥੋੜ੍ਹਾ ਅਲੱਗ ਸੀ ਵੀ ਆਪਾਂ ਪੁਰਾਣੇ ਕਲਾਕਾਰ ਨੇ ਕਲਾਕਾਰ ਕਰਦੇ, ਬਟ ਇਹਦੇ ਸ਼ੋਅ ਆਲਰੇਡੀ ਪਲਾਨ ਕੀਤਾ ਹੋਇਆ ਸੀ। ਤੇ ਹੁਣ ਸੈਟੀਸਫਾਈਡ ਹੋ ਜੇ ਦੇਖੇ ਇੰਟਰਵਿਊ? ਹਾਂਜੀ ਹਾਂਜੀ, ਬਹੁਤ ਔਖਾ ਕੰਮ ਹੈ, ਤੁਸੀਂ ਦਿਨ 10 ਇੰਟਰਵਿਊਜ਼ ਕਰਦੇ ਹੋ, ਇੱਕ ਦਿਨ ਜਿਸ ਦਿਨ ਸਾਡੀ ਇੰਟਰਵਿਊਜ਼ ਹੁੰਦੀ ਹੈ ਸਾਨੂੰ ਸ਼ਾਮੀ 2 ਘੰਟੇ ਸੁਣਾ ਪੈਂਦਾ ਗਾਣ ਵਾਲਾ ਕੰਮ। ਸੋ ਸੁਰਿੰਦਰ ਭਾਈ, ਤੁਸੀਂ ਕੀ ਕਹਿਣਾ ਚਾਹੋਗੇ? ਸ਼ੋਅ ਪਲਾਨ ਕਰਨਾ ਇੱਕ ਬਹੁਤ ਔਖਾ ਹੁੰਦਾ ਸ਼ੋਅ, ਤੁਸੀਂ ਹੈ ਨਾ ਕਿਹਨੂੰ ਕੀ ਸਵਾਲ ਜਾਣਾ, ਕੀ ਗੱਲਾਂ ਹੋਣਗੀਆਂ, ਉਹ ਚੀਜ਼ਾਂ ਤੁਹਾਡੇ ਵੱਲ ਹੁੰਦੀਆਂ, ਇੱਕ ਤੁਹਾਡੇ ਕੋਲ ਬਹੁਤ ਵੱਡੀ ਟਫ ਜੋਬ ਹੁੰਦੀ ਆ, ਉਹ ਕਿਵੇਂਦਾਰ ਹੈ? ਇੱਕ ਇਹ ਹੁੰਦਾ ਕਿ ਆਪਣੇ ਸਵਾਲ ਕੋਈ ਹੋਰ ਪੁੱਛੇ ਜਾਂ ਆਪਣੀ ਗੱਲਾਂ ਕੋਈ ਹੋਰ ਪੁੱਛੇ, ਉਹ ਜ਼ਿਆਦਾ ਟਫ ਹੁੰਦਾ ਵੀ ਕਿਹੜੇ ਤਰੀਕੇ ਕੋਈ ਪੁੱਛੂਗਾ। ਨਹੀਂ ਪਰ ਪਤਾ ਚੱਕਰ ਕੀ ਸੀਗਾ ਕਿ ਮਾਹੀ ਜੀ ਦੇ ਦਿਮਾਗ ਦੇ ਵਿੱਚ ਉਹ ਸ਼ੋਅ ਸੀਗਾ ਹੈ ਨਾ, ਅਤੇ ਮਾਹੀ ਭਾਅ ਜੀ ਕਹਿੰਦੇ ਕਿ ਸੁਰਿੰਦਰ ਆਪਾਂ ਨਾ ਕਰਨਾ, ਮੈਂ ਕਿਹਾ ਭਾਅ ਜੀ ਇਹ ਨਾ ਬੜਾ ਟਫ ਕੰਮ ਹੈ, ਹੁਣ ਜਿੰਨਾ ਮਾਹੀ ਜੀ ਨੇ ਉਹਨਾਂ ਸਿੰਗਰਾਂ ਨੂੰ ਸੁਣਿਆ ਹੋਇਆ ਜਾਂ ਡੇਲੀ ਸੁਣਦੇ ਉਹਨਾਂ ਦੇ ਗਾਣੇ ਇੰਟਰਵਿਊ, ਅਤੇ ਮੈਂ ਜ਼ਿਆਦਾ ਨਹੀਂ ਸੁਣਿਆ ਹੋਇਆ ਹੈ ਨਾ, ਆਪਾਂ ਮਤਲਬ ਕਈ ਵਾਰੀ ਟਾਈਮ ਨਹੀਂ ਲੱਗਦਾ, ਅਤੇ ਮੈਂ ਕਿਹਾ ਮਾਹੀ ਜੀ ਮੇਰੇ ਨਾਲ ਬੈਠਣਗੇ ਸਕ੍ਰਿਪਟ 'ਤੇ ਅਤੇ ਮੈਂ ਤਾਂ ਕਰੂੰਗਾ, ਅਦਰਵਾਈਜ਼ ਨਹੀਂ, ਕਿਉਂਕਿ ਹੈ ਨਾ ਇਹਨਾਂ ਦੇ ਦਿਮਾਗ 'ਚ ਸੀਗਾ ਸਾਰਾ ਕੋਨਸੈਪਟ, ਇਹਨਾਂ ਨੇ ਸੋਚਿਆ ਹੋਇਆ ਸੀ ਕਿ ਇੱਦਾਂ ਦੇ ਸਵਾਲ ਹੋਣਗੇ, ਥੀਮ ਵੀ ਕਿੰਨਾ ਵਧੀਆ ਤੁਸੀਂ ਜੇ ਸੈੱਟ ਦੇਖੋ ਤਾਂ ਕਿੰਨਾ ਸੋਹਣਾ ਹੈ ਨਾ, ਉਹ ਸਾਰਾ ਕੁਛ ਇਹਨਾਂ ਨੇ ਸੋਚਿਆ ਹੋਇਆ ਸੀ, ਲੱਕੀ ਭਾਅ ਜੀ ਨੇ ਜਾਂ ਮਾਹੀ ਜੀ ਨੇ, ਅਤੇ ਮੈਂ ਸਿਰਫ ਆ ਕੇ ਥੋੜ੍ਹਾ ਬਹੁਤਾ ਹੈ ਨਾ ਦੱਸਦਾ ਸੀ, ਬਾਕੀ ਸਟਾਈਲ ਵੀ ਇਹਨਾਂ ਦਾ ਹੈ ਨਾ, ਗੱਲਾਂ ਵੀ ਇਹਨਾਂ ਦੀਆਂ, ਅਤੇ ਬਸ ਥੋੜ੍ਹਾ ਬਹੁਤਾ ਸੁਰਖੀ ਬਿੰਦੀ ਜੀ ਲਾਈ ਆ ਮੈਂ, ਬਾਕੀ ਸਾਰਾ ਕੁਛ ਇਹਨਾਂ ਦਾ ਹੀ ਸੀ। ਦੇਖੋ ਮੇਨ ਕੰਮ ਸੁਰਖੀ ਬਿੰਦੀ ਦਾ ਹੀ ਹੁੰਦਾ ਨਾ, ਇਹ ਤਾਂ ਬੜੱਪਨ ਹੈ ਇਹਨਾਂ ਦਾ ਕਿ ਕ੍ਰੈਡਿਟ ਨਹੀਂ ਲੈ ਰਹੇ, ਨਹੀਂ ਪਰ ਬਹੁਤ ਮਿਹਨਤ ਕੀਤੀ ਸੀ, ਕਿਉਂਕਿ ਮੈਨੂੰ ਇਦਾਂ ਲੱਗਦਾ ਵਾ ਜੋ ਤੁਸੀਂ ਵੀ ਐਂਕਰਿੰਗ ਕਰਦੇ ਹੋ ਤੇ ਤੁਹਾਨੂੰ ਕੁਝ ਲਿਖ ਕੇ ਕੋਈ ਦੇ ਨਹੀਂ ਸਕਦਾ ਹੈ ਨਾ, ਕਿਉਂਕਿ ਤੁਹਾਡਾ ਆਪਣਾ ਇੱਕ ਸਟਾਈਲ ਹੈ,
ਤੁਸੀਂ ਆਪਣੇ ਸਟਾਈਲ ਨਾਲ ਕਰਦੇ ਹੋ ਭਾਜੀ ਆਪਣੇ ਸਟਾਈਲ ਨਾਲ ਮਾਹੀ ਜੀ ਦਾ ਆਪਣਾ ਸਟਾਈਲ ਆ ਉਹ ਮੈਂ ਨਹੀਂ ਦੱਸ ਸਕਦਾ ਮੈਂ ਤਾਂ ਗੱਲ ਦੱਸ ਸਕਦਾ ਸਟਾਈਲ ਤਾਂ ਇਹਨਾਂ ਦਾ ਹੀ ਹੈ ਅਤੇ ਲੋਕਾਂ ਨੇ ਇਹਨਾਂ ਨੂੰ ਦੇਖਣਾ ਹੈ ਨਾ ਅਤੇ ਇਹੀ ਸੀਗਾ ਬਸ ਸੋ ਮਾਹੀ ਜੀ ਕਿਹੜੀਆਂ ਗੱਲਾਂ ਪਤਾ ਚੱਲੀਆਂ ਫਿਰ ਕਿਹੜੀ ਹੋਰ ਨਵੀਂ ਚੀਜ਼ਾਂ ਸਿੱਖੀਆਂ ਪੁਰਾਣੇ ਆਰਟਿਸਟ ਨਾਲ ਬੈਠ ਕੇ ਜਦੋਂ ਉਹਨਾਂ ਨਾਲ ਗੱਲਾਂ ਬਾਤਾਂ ਹੋਈਆਂ ਉਹਨਾਂ ਨਾਲ ਵੈਸੇ ਅਸੀਂ ਜ਼ਿਆਦਾ ਸ਼ੂਟ ਨਹੀਂ ਕੀਤੇ 7-8 ਐਪੀਸੋਡ ਹੀ ਸ਼ੂਟ ਕੀਤੇ ਹੈ ਅਤੇ ਮੈਂ ਸਾਰਿਆਂ ਜਿੰਨਿਆਂ ਨਾਲ ਵੀ ਸ਼ੂਟ ਕੀਤਾ ਉਹਨਾਂ ਸਭ 'ਚ ਇੱਕ ਗੱਲ ਕੋਮਨ ਸੀ ਉਹ ਇੱਦਾਂ ਹੀ ਕਹਿੰਦੇ ਸੀ ਕਹਿੰਦੇ ਅਸੀਂ ਹਮੇਸ਼ਾ ਸਿੱਖਣਾ ਚਾਹੁੰਦੇ ਹਾਂ ਅਤੇ ਕਹਿੰਦੇ ਕਿ ਮਾਹੀ ਕੀ ਪਤਾ ਮੈਂ ਤੇਰੇ ਕੋਲੋਂ ਕੁਛ ਸਿੱਖ ਕੇ ਚਲੇ ਜਾਵਾਂ ਸਭ ਦਾ ਇਹੀ ਮੈਂ ਜਿੰਨਾ ਵੀ ਓਬਜ਼ਰਵ ਕੀਤਾ ਮੋਸਟਲੀ ਹਰੇਕ ਦਾ ਇਹੀ ਜਵਾਬ ਸੀ ਕਿ ਮੈਂ ਹਮੇਸ਼ਾ ਵਿਦਿਆਰਥੀ ਬਣ ਕੇ ਰਹਿਣਾ ਚਾਹਵਾਂ ਇੱਦਾਂ ਦੀਆਂ ਗੱਲਾਂ ਸੀ ਔਰ ਤੁਸੀਂ ਦੇਖੋਗੇ ਆਪਾਂ ਇੱਦਾਂ ਕੁਛ ਨਹੀਂ ਮੈਨੂੰ ਮੈਂ ਤਾਂ ਆਪ ਆਰਟਿਸਟ ਹਾਂ ਹੈ ਨਾ ਮੈਂ ਉਹਨਾਂ ਦੀ ਕੰਮ ਤੋਂ ਗੱਲਾਂ ਲੈ ਕੇ ਕੀ ਕਰਨੀ ਹਾਂ ਵੀ ਕੰਮ ਤਾਂ ਸਭ ਨੇ ਦੇਖਿਆ ਉਹ ਕੀ ਫੀਲ ਕਰਦੇ ਨੇ ਜਾਂ ਕਿਵੇਂ ਰਹਿੰਦੇ ਸੀਗੇ ਉਹ ਟਾਈਮ 'ਚ ਜਦੋਂ ਸੋਸ਼ਲ ਮੀਡੀਆ ਨਹੀਂ ਸੀ ਉਦੋਂ ਕਿੱਦਾਂ ਸਰਵਾਈਵ ਕਰਦੇ ਸੀ ਅੱਜ ਤਾਂ ਸੋਸ਼ਲ ਮੀਡੀਆ ਹੋ ਕੇ ਵੀ ਰੇਸ ਲੱਗੀ ਪਈ ਹੈ ਮਤਲਬ ਉਹ ਇੰਨੇ ਖੁਸ਼ ਸੀ ਉਹ ਸੋਸ਼ਲ ਮੀਡੀਆ ਸਾਰੇ ਜਣੇ ਮਾਹੀ ਜੀ ਚਲਾਉਂਦੇ ਵੀ ਨਹੀਂ ਹੈ ਨਾ ਹਜੇ ਇੰਨਾ ਉਹ ਨਾ ਸਨੈਪਚੈਟ ਤੇ ਮਾਹੀ ਜੀ ਨੇ ਦੱਸਿਆ ਸਨੈਪਚੈਟ ਵੀ ਕਰਿਆ ਕਰੋ ਤੁਸੀਂ ਸਨੈਪਚੈਟ ਚਲਾਉਂਦੇ ਹੋ ਇਦਾਂ ਚਲੋ ਬਾਕੀ ਤੁਸੀਂ ਦੇਖ ਲੈਣਾ ਅਸੀਂ ਕਾਹਨੂੰ ਸਾਰਾ ਦੱਸਣਾ ਬਹੁਤ ਸਾਰੀ ਗੱਲਾਂ ਜਿਵੇਂ ਉਹਨਾਂ ਦੀ ਪਰਸਨਲ ਲਾਈਫ ਦੀ ਹਾਲੇ ਨਹੀਂ ਪਤਾ ਲੋਕਾਂ ਨੂੰ ਹਾਂਜੀ ਉਹ ਬਹੁਤ ਕੁਝ ਰਿਵੀਲ ਹੋਇਆ ਸ਼ੋਅ ਦੇ ਵਿੱਚ ਉਹ ਡਿਫਰੈਂਟ ਹੈ ਰਣਜੀਤ ਰਾਣਾ ਜੀ ਮੈਂ ਬਹੁਤ ਗਾਣੇ ਸੁਣੇ ਉਹਨਾਂ ਦੇ ਤੇ ਮੈਨੂੰ ਇਹੀ ਸੀ ਆਪਾਂ ਪਹਿਲਾਂ ਮਨਮੋਹਨ ਵਾਰਸ ਜੀ ਦਾ ਵੀ ਕਰਨਾ ਸੀ ਪਰ ਉਹਨਾਂ ਦੀ ਡੇਟ ਅਵੇਲੇਬਲ ਨਹੀਂ ਸੀ ਫਿਰ ਆਪਾਂ ਇਹਨਾਂ ਦਾ ਕੀਤਾ ਤੇ ਬਸ ਆ ਰਿਹਾ ਕੱਲ ਤੋਂ 6 ਤਰੀਕ ਤੋਂ 6 ਵਜੇ ਆਉਣਾ ਹਰ ਸ਼ਨੀਵਾਰ ਆਉਣਾ ਤੁਸੀਂ ਦੇਖ ਬਿਲਕੁਲ ਜ਼ਰੂਰ ਦੇਖਾਂਗੇ ਦੇਖੋ ਦੇਖਣਾ ਚਾਹੀਦਾ ਤੁਹਾਨੂੰ ਕਿਤੋਂ ਤੁਸੀਂ ਮੇਰੇ ਤੋਂ ਕੁਝ ਸਿੱਖ ਲਓ ਸੋ ਮੀਡੀਆ ਦੇ ਜੇ ਕੋਈ ਸਵਾਲ ਹੁੰਦਾ ਪੁੱਛ ਸਕਦੇ ਸਤਿ ਸ਼੍ਰੀ ਅਕਾਲ ਮਾਹੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਬਹੁਤ ਸੋਹਣੇ ਲੱਗ ਰਹੇ ਹੋ ਤੁਹਾਡੀ ਲੁੱਕ ਬਹੁਤ ਪਿਆਰੀ ਆਹਾ ਥੈਂਕ ਯੂ ਅੱਛਾ ਇੱਕ ਗੱਲ ਦੱਸੋ ਜਦੋਂ ਅਸੀਂ ਕਿਸੇ ਨੂੰ ਟੀਵੀ ਤੇ ਦੇਖਿਆ ਹੁੰਦਾ ਜਾਂ ਸੁਣਿਆ ਹੁੰਦਾ ਹੈ ਅਸੀਂ ਉਹਦੇ ਗਾਣੇ ਸੁਣੇ ਹੁੰਦੇ ਨੇ ਅਸੀਂ ਐਡਮਾਇਰ ਕਰਦੇ ਹਾਂ ਪਰ ਜਦੋਂ ਆਪਾਂ ਉਹਨਾਂ ਨੂੰ ਮਿਲਦੇ ਆ ਜਾਂ ਬੈਠਦੇ ਆ ਗੱਲਬਾਤ ਕਰਦੇ ਆ ਫੈਨ ਮੂਮੈਂਟ ਹੁੰਦੀ ਹੈ ਤੁਹਾਡੇ ਲਈ ਉਹ ਐਕਸਪੀਰੀਅੰਸ ਕਿੱਦਾਂ ਦਾ ਸੀ ਮੈਂ ਸੱਚੀ ਦੱਸਾਂ ਮੈਂ ਪਹਿਲੇ ਸ਼ੋਅ 'ਤੇ ਮਤਲਬ ਪਹਿਲੀ ਇੰਟਰਵਿਊ 'ਤੇ ਮੈਂ ਬਹੁਤ ਨਰਵਸ ਸੀ ਇਹਦਾ ਸਭ ਨੂੰ ਪਤਾ ਇਹ ਸਾਰੇ ਕਹੀ ਜਾਣ ਕਿਉਂ ਇੱਦਾਂ ਕਿਉਂ ਕਰੀ ਜਾਂਦੇ ਹੋ ਪਰ ਮੈਂ ਉਹੀ ਗੱਲ ਦੱਸੀ ਨਾ ਵੀ ਇੱਧਰ ਵਾਲੀ ਕੁਰਸੀ ਦਾ ਅਤੇ ਉੱਧਰ ਵਾਲੀ ਕੁਰਸੀ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਅਤੇ ਇੱਕ ਮੈਂ ਜਦੋਂ ਸੁਣਿਆ ਇੰਨਾ ਮੈਂ ਹਰ ਰੋਜ਼ ਉਹਨਾਂ ਨੂੰ ਸੁਣ ਸਕਦੀ ਹਾਂ ਅਤੇ ਉਹ ਫੈਨ ਸਾਰਿਆਂ ਦੀ ਮੈਂ ਫੈਨ ਹੀ ਹਾਂ ਮੇਰਾ ਮੇਨ ਤੁਹਾਨੂੰ ਮੈਂ ਦੱਸਿਆ ਵੀ ਮੈਂ ਕੀਤਾ ਹੀ ਤਾਂ ਹੈ ਖਬਰੇ ਮੈਂ ਮਿਲਣਾ ਹੋਵੇ ਜਾਂ ਉਹੀ ਗੱਲਾਂ ਬਾਤਾਂ ਕਰਨੀਆਂ ਹੋਣ ਮਾਹੀ ਦੀ ਮਹਿਫਲ ਤਾਂ ਇੱਕ ਬਹਾਨਾ ਹੈ ਨਾ ਅਤੇ ਉਹਨਾਂ ਨਾਲ ਬੈਠਣਾ ਹੀ ਮੇਰੇ ਲਈ ਬਹੁਤ ਵੱਡੀ ਗੱਲ ਹੈ ਗੱਲਾਂ ਆਰਟਿਸਟ ਕੀ ਐਡਵਾਂਸ ਮਿਲ ਰਹੇ ਨੇ ਮੈਨੂੰ ਇੱਦਾਂ ਲੱਗ ਰਿਹਾ ਕਿ ਅੱਜ ਦੀ ਦੁਨੀਆ 'ਚ ਅਸੀਂ ਨਾ ਸੰਤੁਸ਼ਟ ਨਹੀਂ ਹੈਗੇ ਆਹ ਵੀ ਮਿਲ ਜੇ ਉਹ ਵੀ ਮਿਲ ਜੇ ਮੈਨੂੰ ਉਹਨਾਂ ਤੋਂ ਸੰਤੁਸ਼ਟੀ ਮਿਲੀ ਹੈ ਵੀ ਉਹ ਸੰਤੁਸ਼ਟ ਨੇ ਕਿੰਨਾ ਵਧੀਆ ਉਹਨਾਂ ਨੇ ਟਾਈਮ ਹੰਢਾਇਆ ਹੈ ਨਾ ਅਤੇ ਪਹਿਲੀ ਗੱਲ ਉਹ ਹਾਲੇ ਵੀ ਉੱਦਾਂ ਦੇ ਹੀ ਨੇ ਯੰਗ ਹਾਲੇ ਵੀ ਨਹੀਂ ਹਾਲੇ ਕਿੱਥੇ ਹਰੇਕ ਬੰਦਾ ਹੀ ਚਾਹੁੰਦਾ ਵੀ ਮੈਂ ਅੱਗੇ ਵਧਾਂ ਕਦੇ ਵੀ ਨਹੀਂ ਅਸੀਂ ਸੋਚਦੇ ਵੀ ਅਸੀਂ ਇੱਥੇ ਤੱਕ ਹੀ ਸੀਮਿਤ ਰਹੀਏ ਅਤੇ ਬਸ ਮੈਂ ਤਾਂ ਇਹੀ ਸੋਚਦੀ ਹਾਂ ਵੀ ਕੰਮ ਜਿਹੜਾ ਵੀ ਹੋਵੇ ਮੈਂ ਕਰ ਲਵਾਂ ਬਸ ਮਾਹੀ ਬਹੁਤ ਸਾਰੇ ਫਨਕਾਰ ਨੇ ਪਿੰਡਾਂ ਦੇ ਵਿੱਚ ਬੈਠੇ ਨੇ ਜੀ ਜਿਹੜੇ ਐਸਟੈਬਲਿਸ਼ ਨਹੀਂ ਹੈਗੇ ਜਿਹਨਾਂ ਦੀਆਂ ਟੇਪਾਂ ਵੀ ਨਹੀਂ ਆਈਆਂ ਅਣਗੌਲੇ ਨੇ ਬਟ ਉਹ ਆਪਣੇ ਆਪਣੇ ਏਰੀਏ 'ਚ ਬਹੁਤ ਉਹਨਾਂ ਨੂੰ ਕੁਛ ਦਿੱਤਾ ਉਹਨਾਂ ਕਲਾਕਾਰਾਂ ਨੂੰ ਵੀ ਇਨਵਾਈਟ ਕਰ ਰਹੇ ਹੋ ਤੁਸੀਂ ਕੋਈ ਸੂਫੀ ਹੈ ਕੋਈ ਬਾਬੇ ਨੇ ਜਿਸ ਤਰ੍ਹਾਂ ਪੁਰਾਣੇ ਕੋਈ ਕਮਿਸ਼ਨੀ ਨੇ ਜਾਂ ਉਸ ਮੈਂ ਹਾਲੇ ਇੱਦਾਂ ਜੀ ਹਾਲੇ ਇੱਦਾਂ ਤਾਂ ਅਸੀਂ ਨਹੀਂ ਮਤਲਬ ਦੇਖੋ ਸੋਚਿਆ ਵੀ ਕਿਹਨਾਂ ਨੂੰ ਸੱਦਣਾ ਮੈਂ ਫਿਲਹਾਲ ਉਹੀ ਬੁਲਾਏ ਨੇ ਜਾਂ ਬੁਲਾਵਾਂਗੇ ਅੱਗੇ ਜਿਨ੍ਹਾਂ ਨੂੰ ਮੈਂ ਬਹੁਤ ਰੈਗੂਲਰ ਸੁਣਦੀ ਹਾਂ ਅਤੇ ਤੁਹਾਨੂੰ ਪਤਾ ਇਹ ਸਾਰੇ ਆਰਟਿਸਟ ਭਾਵੇਂ ਅੱਜ ਇਹ ਗਾਣੇ ਨਹੀਂ ਕੱਢਦੇ ਜਾਂ ਕੱਢਦੇ ਵੀ ਨੇ ਮੋਸਟਲੀ ਇਹ ਸਾਰੇ ਫਿਰ ਵੀ ਬਿਜ਼ੀ ਨੇ ਇਹ ਸਾਰੇ ਫਿਰ ਵੀ ਬਿਜ਼ੀ ਨੇ ਇੰਨੇ ਸ਼ੋਜ਼ ਨੇ ਇਹਨਾਂ ਦੇ ਕਿ ਸਾਨੂੰ ਬਹੁਤ ਔਖੀਆਂ ਡੇਟਾਂ ਮਿਲੀਆਂ ਅਤੇ ਅਸੀਂ ਜਦੋਂ ਕਿਸੇ ਦਾ ਇੰਟਰਵਿਊ ਕਰਨਾ ਤਾਂ ਮੈਨੂੰ ਆਪ ਨੂੰ ਪਤਾ ਕਿ ਮੈਂ ਵੀ ਆਰਟਿਸਟ ਹਾਂ ਅਸੀਂ ਕਿਸੇ ਨਾਲ ਧੱਕਾ ਨਹੀਂ ਕਰ ਸਕਦੇ ਵੀ ਨਹੀਂ ਤੁਸੀਂ ਆਓ ਆਓ ਇਹ ਤਾਂ ਚਲੋ ਉਹਨਾਂ ਦਾ ਬੜੱਪਣ ਹੈ ਉਹ ਫਿਰ ਵੀ ਇੱਕ ਆਵਾਜ਼ 'ਤੇ ਆਏ ਹੈ ਸਾਡੇ ਲਈ ਹੈ ਨਾ ਅਤੇ ਬਸ ਬਾਕੀ ਦੇਖਦੇ ਹਾਂ ਅੱਗੇ ਕਿਹਦਾ ਕਿਹਦਾ ਕਰਦੇ ਹਾਲੇ ਤਾਂ ਅਸੀਂ ਆਪ ਨਵੇਂ ਹਾਂ ਜੀ ਕੀ ਦੱਸੀਏ ਨਹੀਂ ਨਹੀਂ ਇਹ ਸਿਰਫ ਕਲਾਕਾਰ
ਮਾਹੀ ਸੀਜ਼ਨ 1 ਲਿਖਿਆ ਹੋਇਆ ਉਹਦੇ ਤੇ ਤੇ ਐਪੀਸੋਡਸ ਕਿੰਨੇ ਹੋਣਗੇ ਫਿਰ ਸੀਜ਼ਨ 1 ਦੇ? ਕੋਈ ਅਸੀਂ ਕੋਸ਼ਿਸ਼ ਕਰਾਂਗੇ 20 ਬਾਈ ਕਰ ਦਈਏ, ਬਾਕੀ ਦੇਖੋ। ਸੋ ਲੱਗੀ ਵੀਰੇ ਪਹਿਲੇ ਹੀ ਕਲੀਅਰ ਸੀਗਾ ਕਿ ਇਹ ਸ਼ੋਅ ਮਾਹੀ ਨਾਲ ਹੀ ਕਰਨਾ, ਜਿੱਦਾਂ ਨਾਮ ਤਾਂ ਕਲੀਅਰ ਹੀ ਹੋ ਰਿਹਾ ਜੀ, ਮਾਹੀ ਕਰ ਸਕਦੇ ਜੀ। ਨਾਮ ਨਹੀਂ ਡਿਸਾਈਡਡ ਸੀਗਾ, ਬਟ ਅਸੀਂ ਇਨੀਸ਼ਲੀ ਇਹਦਾ ਨਾਮ ਸੀ ਕਾਫੀ ਐਟ ਐਚਲ ਵਿਦ ਮਾਹੀ ਸ਼ਰਮਾ। ਉਹੀ ਅਸੀਂ ਸੋਚਿਆ ਹੋਇਆ ਸੀ, ਅਸੀਂ ਥੋੜ੍ਹਾ ਜਿਹਾ ਝਿਜਕਦੇ ਸੀ ਇਹਨਾਂ ਨਾਲ ਗੱਲ ਕਰਨ ਲੱਗੇ, ਤੇ ਕੁਦਰਤ ਦੀ ਇਹਨਾਂ ਨੇ ਗੱਲ ਪਹਿਲਾਂ ਕਰ ਲਈ ਤੇ ਫਿਰ ਅਸੀਂ ਉਹਨੂੰ ਪਲੈਟਫਾਰਮ ਦਿੱਤਾ। ਪਰ ਸਾਡੇ ਪੰਜਾਬ 'ਚ ਵੀ ਇੱਦਾਂ ਦਾ ਸ਼ੋਅ ਹੋਣਾ ਚਾਹੀਦਾ ਸੀ, ਅਸੀਂ ਸੁਰਿੰਦਰ ਭਾਜੀ ਕੀ ਲੱਗਿਆ ਜਿਹੜੇ ਇੰਨੇ 7 ਐਪੀਸੋਡ ਕਹਿ ਰਹੇ ਸ਼ੂਟ ਹੋ, ਕਿਹੜੇ ਵਾਲੇ ਆਰਟਿਸਟ ਸੀਗੇ ਜਿਨ੍ਹਾਂ ਦੀ ਸੁਰਕੇ ਬਿੰਦੀ ਜਿਨ੍ਹਾਂ ਦੇ ਸਵਾਲਾਂ 'ਚ ਜ਼ਿਆਦਾ ਮਿਹਨਤ ਕਰਨੀ ਪਈ? ਨਹੀਂ ਨਹੀਂ ਕਿਸੇ ਵਿੱਚ ਵੀ ਨਹੀਂ ਮਿਹਨਤ ਕਰਨੀ ਪਈ, ਆਪਾਂ ਤਾਂ ਮਤਲਬ ਕੋਲ ਬੈਠਦੇ ਸੀਗੇ, ਹੈ ਨਾ, 1-1.5 ਘੰਟਾ ਮਾਹੀ ਜੀ ਨਾਲ ਬੈਠਦੇ ਸੀਗੇ ਅਤੇ ਉਹ ਚੀਜ਼ਾਂ ਬਣ ਜਾਂਦੀਆਂ ਸੀਗੀਆਂ, ਕਿਉਂਕਿ ਇਹਨਾਂ ਮੈਂ ਉਹੀ ਗੱਲਾਂ ਹੈ ਨਾ ਕਿ ਸੁਣਿਆ ਹੀ ਬਹੁਤ ਕੁਛ ਹੋਇਆ ਉਹਨਾਂ ਬਾਰੇ, ਲਾਈਫ ਬਾਰੇ ਪਤਾ ਹੀ ਬਹੁਤ ਕੁਛ ਹੈ, ਅਤੇ ਸਿਰਫ ਇਹ ਦੱਸਦੇ ਸੀਗੇ ਕਿ ਇੱਦਾਂ ਦੀ ਕੋਈ ਗੱਲ ਕਰਨੀ ਆਪਾਂ, ਤੇ ਉਹ ਮਤਲਬ ਜ਼ਿਆਦਾ ਟਾਈਮ ਨਹੀਂ ਲੱਗਾ ਉਹਨਾਂ ਚੀਜ਼ਾਂ ਤੇ। ਅਸੀਂ ਮਾਹੀ ਟ੍ਰੇਲਰ ਟੀਜ਼ਰ ਦੇ ਵਿੱਚ ਦੇਖਿਆ ਜਿਹੜਾ ਤੁਸੀਂ ਸ਼ੇਅਰ ਕੀਤਾ ਕਿ ਰਣਜੀਤ ਰਾਣਾ ਜੀ ਕਹਿੰਦੇ ਨੇ ਬੜਾ ਟੇਡਾ ਜਿਹਾ ਸਵਾਲ ਹੈ, ਇਹ ਟੇਡਾ ਸਵਾਲ ਤੁਹਾਡੇ ਵੱਲੋਂ ਸੀ ਕਿ ਉਹਨਾਂ ਵੱਲੋਂ ਲਿਖਿਆ ਗਿਆ ਸੀ? ਇਹ ਤਾਂ ਤੁਹਾਨੂੰ ਪਤਾ ਨਾ ਵੀ ਇੰਟਰਵਿਊ ਚਲਾਉਣ ਲਈ ਵਿੱਚ ਠਾਸ਼ ਇਹ ਰਣਜੀਤ ਰਾਣਾ ਜੀ ਨੇ ਕਿਆ ਕਹਿ ਦਿਆ, ਤੁਹਾਨੂੰ ਜ਼ਿਆਦਾ ਪਤਾ ਭਾਵੇਂ ਵਿੱਚੋਂ ਕੁਝ ਵੀ ਨਾ ਨਿਕਲੇ ਜ਼ਿਆਦਾ ਪਤਾ। ਇਹ ਬਸ ਉਹੀ ਤਰੀਕੇ ਨਾਲ ਅਸੀਂ ਥੋੜਾ ਪ੍ਰੈਜ਼ੈਂਟ ਕੀਤਾ ਵੀ ਜਦੋਂ ਆਪਾਂ ਕਦੇ ਤੁਹਾਡਾ ਇੰਟਰਵਿਊ ਕਰਾਂਗੇ ਤੁਹਾਡੇ ਚੇਂਜ ਆਊਗਾ ਕੁਝ ਵੀ? ਨਹੀਂ ਯਾਰ, ਹੁਣ ਮੈਂ ਇੰਟਰਵਿਊ ਇਸ ਤਰੀਕੇ ਨਾਲ ਦੇਣੀ ਨਹੀਂ ਨਹੀਂ ਮੈਂ ਦੇਖੋ ਮੈਂ ਕਦੇ ਵੀ ਨਹੀਂ ਚੇਂਜ ਕਰ ਸਕਦੀ ਆਪਣੇ ਆਪ ਨੂੰ, ਮੈਂ ਇੱਦਾਂ ਹੀ ਰਹਿ ਸਕਦੀ ਹਾਂ, ਭਾਵੇਂ ਮੈਂ ਅੱਜ ਇੱਥੇ ਹਾਂ ਕੱਲ੍ਹ ਮੈਂ ਹੋਰ ਪਤਾ ਨਹੀਂ ਕਿੱਥੇ, ਮੈਂ ਇੱਦਾਂ ਹੀ ਬੋਲਣਾ, ਮੈਂ ਨਹੀਂ ਚੇਂਜ ਕਰ ਸਕਦੀ ਆਪਣੇ ਆਪ। ਇੰਟਰਵਿਊ ਚੱਲਦੇ 'ਚ ਵੀ ਨਾ ਅਸੀਂ ਕਈ ਵਾਰ ਜਿਵੇਂ ਸਕ੍ਰਿਪਟ ਫੜ ਕੇ ਬੈਠੇ ਹੁੰਦੇ ਸੁਰਿੰਦਰ ਭਾਅ ਜੀ ਔਰ ਮੈਂ, ਤੇ ਪਹਿਲਾ ਕੁਐਸਚਨ ਮਾਹੀ ਨੇ ਪੁੱਛਣਾ ਤੇ ਪੌਣਾ ਘੰਟਾ ਐਵੇਂ ਨਿਕਲ ਜਿਹੜਾ ਸੈਕਿੰਡ ਕੁਐਸਚਨ ਹੀ ਨਹੀਂ ਆਉਂਦਾ ਸੀ ਆਪਾਂ ਕਈ ਵਾਰੀ ਐਦਾਂ ਐਦਾਂ ਇਸ਼ਾਰਾ ਵੀ ਕਰਨਾ ਮਾਹੀ ਜੀ ਟਾਈਮ ਦੂਸਰਾ ਅੰਤਰ ਤਾਂ ਤੁਹਾਨੂੰ ਪਤਾ, ਇਹ ਤਾਂ ਫਿਰ ਤੁਸੀਂ ਵੀ ਟੇਢਾ ਹੀ ਸਵਾਲ ਕੀਤਾ, ਉਹਨਾਂ ਨੇ ਇੰਟਰਵਿਊ ਕੀਤੇ ਕੰਮ ਹੁਣ ਇਹਨਾਂ ਨਾਲ ਕਰਨਾ ਨਵੇਂ ਨਾਲ, ਇੰਟਰਵਿਊ ਕੀਤਾ ਤੇ ਕੰਮ ਤਾਂ ਮੈਂ ਨਵਿਆਂ ਨਾਲ ਹੀ ਕਰਨਾ। ਬਾਕੀ ਇਹ ਜ਼ਰੂਰ ਹੈ ਕਿ ਉਹ ਬਹੁਤ ਜ਼ਿਆਦਾ ਹੰਬਲ ਸੀਗੇ, ਏਕਾ ਸੀਗਾ ਪਹਿਲਾਂ, ਅਤੇ ਦੂਜੀ ਗੱਲ ਇਹ ਕਿ ਪਹਿਲਾਂ ਨਾ ਸਟ੍ਰੈਸ ਨਹੀਂ ਸੀ ਨਾ ਗੱਡੀਆਂ ਦਾ ਵੱਡੀਆਂ ਦਾ ਨਾ ਬਾਊਂਸਰਾਂ ਦਾ ਅਤੇ ਨਾ ਹੀ ਇੱਦਾਂ ਵੀ ਆਹ ਜਿੱਦਾਂ ਹੁਣ ਆਹ ਚੀਜ਼ਾਂ ਅਸੀਂ ਕਰ ਰਹੇ ਹਾਂ ਇਹ ਕਿੱਥੇ ਹੁੰਦੀਆਂ ਸੀ ਪਹਿਲਾਂ, ਇਹ ਹੁੰਦੀਆਂ ਸੀ, ਇਹ ਅੱਜ ਲੋੜ ਹੈ ਅਸੀਂ ਇੱਕ ਦੂਜੇ ਵੱਲ ਦੇਖ ਦੇਖ ਕੇ ਇੱਦਾਂ ਅੱਜ ਮਤਲਬ ਸੋਸ਼ਲ ਮੀਡੀਆ ਦੇ ਜ਼ਮਾਨੇ ਨੂੰ ਕਹਿ ਲਓ, ਅਤੇ ਉੱਧਰ ਕਹਿੰਦੇ ਸੀ ਵੀ ਕੇਸਟ ਕਰਤੀ ਅਤੇ ਉਹੀ ਵਿਕੀ ਜਾਣੀ ਹੈ, ਕੁਛ ਐਡ ਲਾਉਣ ਦੀ ਲੋੜ ਨਹੀਂ, ਆਹ ਚੀਜ਼ਾਂ ਦਾ ਬਸ ਥੋੜ੍ਹਾ ਫਰਕ ਸੀਗਾ। ਅਤੇ ਦੇਖ ਲਓ ਅੱਜ ਵੀ ਅਸੀਂ ਸੁਣਦੇ ਹਾਂ ਉਹਨਾਂ ਨੂੰ, ਮਤਲਬ ਮੈਂ ਸੁਣਦੀ ਹਾਂ, ਮੈਨੂੰ ਤੁਹਾਡਾ ਨਹੀਂ ਪਤਾ। ਪ੍ਰੋਡਿਊਸਰ ਨੂੰ ਤਾਂ ਅਸੀਂ ਲੁੱਟ ਲਿਆ ਬਹੁਤ ਯਾਰ, ਮੈਂ ਕਿਹੜਾ ਉਹੀ ਕਲਾਕਾਰ ਵਾਲੀ ਗੱਲ ਆ ਗਈ ਨਾ ਤੁਹਾਡੇ ਵਾਲੀ ਵੀ ਯਾਦ ਨਹੀਂ ਰਹਿੰਦਾ, ਐਟ ਏ ਟਾਈਮ ਕੁਛ ਨਹੀਂ ਯਾਦ ਹੁੰਦਾ, ਨਹੀਂ ਉਹ ਨਹੀਂ ਮੈਂ ਸੁਣਾਉਣੀ, ਬਸ ਬਹੁਤ ਹੋ ਗਈ, ਚਾਹ ਠੰਡੀ ਹੋ ਗਈ ਆ। ਅੱਛਾ ਮੈਂ ਤੁਹਾਨੂੰ ਉਦਣ ਵੀ ਕਿਹਾ ਸੀ, ਮੈਨੂੰ ਭੁੱਲ ਗਈ, ਫਿਰ ਤੁਸੀਂ ਕੱਟ ਕੁੱਟ ਕੇ ਲਾ ਲਓ। ਚਲੋ ਯਾਦਾਂ ਦਾ ਕੜਮਸ ਲੈ ਦੱਸ, ਉੱਤੋਂ ਕਹਿੰਦਾ ਹੱਸ ਲੈ ਦੱਸ, ਜਿਹਨੇ ਹੁਣ ਤੱਕ ਹਾਲ ਨਾ ਪੁੱਛਿਆ ਮੇਰਾ ਹੁਣ ਕਹਿੰਦਾ ਇਹ ਦੱਸ ਲੈ ਦੱਸ। ਹਾਂਜੀ ਹਾਂਜੀ ਬਿਲਕੁਲ, ਹਾਂਜੀ ਹਾਂਜੀ ਮੈਂ ਤਾਂ ਪਾ ਹੀ ਨਹੀਂ ਸਕਦੀ ਜੀ, ਮੈਨੂੰ ਤਾਂ ਸੂਟ ਹੀ ਪਾਉਣੇ ਪੈਂਦੇ ਆ, ਮੈਨੂੰ ਜੱਜ ਦੇ ਹੀ ਸੂਟ ਹੈ। ਹਾਂਜੀ ਇਹ ਮੈਂ ਆਪ ਹੀ, ਇਹ ਕਿਸੇ ਨੇ ਨਹੀਂ, ਇਹ ਤਾਂ ਮੇਰਾ ਮੈਨੇਜਰ ਮੈਨੂੰ ਗਾਲਾਂ ਕੱਢਦਾ ਹੀ ਕਹਿੰਦਾ ਰਹਿਣ ਦਿਓ ਪੰਜਾਬੀ ਸ਼ੋਅ ਹੈ ਵੀ ਕਾਹਨੂੰ ਤੁਸੀਂ ਪੁੱਠੇ ਪੰਗੇ ਲੈਂਦੇ ਹੋ, ਮੈਂ ਤੂੰ ਚੁੱਪ ਕਰ ਜਾ। ਮੈਂ ਇਹ
हाँ नहीं बे बाकी उत्थे नहीं कर सकते वो सीनियर ने ना डर लगता उधर गल करन नू हाँ जी इदा हैगा विच विच किते 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 नजर आ जदों खुल जांदे ना फिर मैं आ जन्नी अपनी तो पहला नॉर्मली शो ज एक चीज और देखूंगी फैन मूवमेंट दी गल हो रही सी कि ऐसी दो तीन चीजें जिवें नोट कीतीयां या तो आर्टिस्ट लिरिक्स भुल जाते हैं गाँव हुए तो या वो कंपोज भुल जाते हैं या उन्होंने स्केल उपर थले हो जाता है माही जी करैक्ट करते हैं कि उही स्केल च गाओ नाम नी आंदा व्यू थले अपने काम नू लेके पर थोनू पता जदों कोई बंदा शुरुआत करदा किसी चीज नू लेके ता नेगेटिव लोग भी हुंदे आ जड़े कहिंदे भी नहीं या इदां मैनू डर तो नहीं है क्योंकि जदों तुसी खुदा ते भरोसा किया हुंदा तां हरेक चीज़ मुकम्मल कर लैंदे हो तुसी तां मैनू इदां है भी मैं मेरा थोड़ा थीम पुराना है पता नहीं पसंद आएगा लोगों नू कि नहीं आएगा बस इन्नी कि जिन्नी नर्वसनैस है प्लीज़ तुसी एक बार जरूर देखियो ना चंगा लगे कोई चक्कर नहीं पर एक बार जरूर देखियो भी मतलब वधिया गल्लां ने ਉਹਨਾਂ ਦੇ ਹਿਸਾਬ ਨਾਲ ਉਹਨਾਂ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਥੈਂਕ ਯੂ ਸੋ ਮਚ 6 ਤਰੀਕ ਨੂੰ 6 ਵਜੇ HLV ਸਟੂਡੀਓ ਦੇ YouTube ਚੈਨਲ ਤੇ ਮਾਹੀ ਦੀ ਮਹਿਫਿਲ 6-6 ਕਮੈਂਟ ਕਰ ਦਿਓ 6-6 ਕਾਨੂੰ 60-60 ਇਹ ਫਿਰ ਕਾਫੀ ਬਣਾਇਆ ਸੀ 6-6 ਹਫਤੇ ਦੇ 6ਵੇਂ ਦਿਨ ਹਫਤੇ ਦੇ 6ਵੇਂ ਦਿਨ 3-6